ਅਗਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਜੀ ਹਾਂ, ਨੈਸ਼ਨਲ ਹਾਈਵੇ ਤੇ ਵੱਡਾ ਹਾਦਸਾ ਵਾਪਰਿਆ ਹੈ। 30 ਦੇ ਕਰੀਬ ਗੱਡੀਆਂ ਦੀ ਸਿੱਧੀ ਟੱਕਰ ਹੋਈ ਹੈ। ਧੁੰਦ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ। ਔਰ ਦੱਸਿਆ ਜਾ ਰਿਹਾ ਕਿ ਸਕੂਲ ਲਿਜਾ ਰਹੇ ਬੱਚਿਆਂ ਦੀ ਜਿਹੜੀ ਵੈਨ ਹੁੰਦੀ ਹੈ, ਬੱਸ ਹੁੰਦੀ ਹੈ, ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਬਲਕਿ 30-30 ਗੱਡੀਆਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਸਿੱਧੀਆਂ ਟਕਰਾਈਆਂ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਖੰਨਾ ਨੈਸ਼ਨਲ ਹਾਈਵੇ 'ਤੇ ਇਹ ਵੱਡਾ ਹਾਦਸਾ ਵਾਪਰਿਆ। ਔਰ ਬੀਤੇ ਕੁਝ ਦਿਨ ਪਹਿਲਾਂ ਇਸੇ ਹੀ ਥਾਂ 'ਤੇ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਸੀ, ਜਿੱਥੇ 50 ਤੋਂ 60 ਗੱਡੀਆਂ ਕਿਹਾ ਜਾ ਰਿਹਾ ਕਿ ਆਪਸ ਦੇ ਵਿੱਚ ਵੱਜੀਆਂ ਸੀ। ਔਰ ਅੱਜ ਇੱਕ ਫਿਰ ਹਾਦਸਾ ਵਾਪਰਿਆ ਹੈ, ਵੱਡਾ ਹਾਦਸਾ ਕਹਿ ਸਕਦੇ ਹਾਂ, ਕਿਉਂਕਿ 25 ਤੋਂ 30 ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ। ਔਰ ਜੋ ਹੁਣ ਹਾਲ ਬਣੇ ਹੋਏ ਨੇ, ਜੋ ਦੁਰਦਸ਼ਾ ਇਹਨਾਂ ਗੱਡੀਆਂ ਦੀ ਬਣੀ, ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਧੁੰਦ ਦੇ ਵਿੱਚ ਕਿੰਨਾ ਉਹ ਸਵੇਰੇ, ਜੇਕਰ ਅੱਜ ਅਸੀਂ ਮੌਸਮ ਦੀ ਗੱਲ ਕਰਦੇ ਹਾਂ ਤਾਂ ਸਵੇਰੇ ਬਹੁਤ ਜ਼ਿਆਦਾ ਸੰਘਣੀ ਧੁੰਦ ਪਈ ਸੀ, ਜਿਸ ਦੇ ਕਾਰਨ ਵਿਜੀਬਿਲਿਟੀ ਜਿਹੜੀ ਆ ਉਹ ਬਹੁਤ ਘੱਟ ਸੀ। ਸੋ ਇਸੇ ਕਾਰਨ ਹੀ ਨੈਸ਼ਨਲ ਹਾਈਵੇ 'ਤੇ ਇਹ ਗੱਡੀਆਂ ਦੀ ਟੱਕਰ ਦਾ ਕਾਰਨ ਬਣੀ ਹੈ ਧੁੰਦ, ਅਤੇ ਇਸੇ ਕਰਕੇ ਦੱਸਿਆ ਜਾ ਰਿਹਾ ਕਿ 25 ਤੋਂ 30 ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ। ਤਾਂ ਹੁਣ ਕਿਸੇ ਦਾ ਬੁਨਟ ਜਿਹੜਾ ਤਬਾਹ ਹੋ ਚੁੱਕਿਆ ਹੈ, ਕਿਸੇ ਦੀਆਂ ਬਾਰੀਆਂ ਜਿਹੜੀਆਂ ਲੱਥ ਚੁੱਕੀਆਂ ਨੇ, ਕਿਸੇ ਦੇ ਟਾਇਰ ਜਿਹੜੇ ਆ ਉਹ ਪਾੜ ਚੁੱਕੇ ਨੇ, ਔਰ ਕਿਸੇ ਦੇ ਸ਼ੀਸ਼ੇ ਉਹ ਟੁੱਟ ਚੁੱਕੇ ਨੇ। ਔਰ ਇੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ ਇੱਕ ਸਕੂਲ ਬੱਸ ਵੀ ਸ਼ਾਮਿਲ ਹੈ। ਜੀ ਹਾਂ, ਉਸਦਾ ਵੀ ਐਕਸੀਡੈਂਟ ਹੋਇਆ ਅਤੇ ਉਹਨਾਂ ਬੱਚਿਆਂ ਨੂੰ ਸੇਫਲੀ ਬਾਹਰ ਕੱਢਿਆ ਗਿਆ, ਤਾਂ ਬਾਅਦ ਵਿੱਚ ਉਹਨਾਂ ਨੂੰ ਸਕੂਲ ਪਹੁੰਚਾਇਆ ਗਿਆ। ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ, ਖੰਨਾ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ, ਬਿਲਕੁਲ ਲਾਈਵ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿੱਥੇ ਇਹ ਵੱਡਾ ਹਾਦਸਾ ਵਾਪਰਿਆ ਹੈ, ਸੰਘਣੀ ਧੁੰਦ ਦੇ ਕਾਰਨ ਇਹ ਹਾਦਸਾ ਹੋਇਆ। ਤਾਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਹੁਣ ਮੌਸਮ ਦੀ ਅਸੀਂ ਜੇਕਰ ਗੱਲ ਕਰਦੇ ਤਾਂ ਬਦਲ ਚੁੱਕਾ ਹੈ, ਸਵੇਰੇ ਸਵੇਰੇ ਧੁੰਦ ਦੇ ਕਾਰਨ ਵਿਜੀਬਿਲਿਟੀ ਬਹੁਤ ਘੱਟ ਹੁੰਦੀ ਹੈ। ਔਰ ਖਾਸ ਕਰਕੇ ਜੇ ਤੁਸੀਂ ਸਫ਼ਰ ਤੈਅ ਕਰਨਾ ਹੈ ਨੈਸ਼ਨਲ ਹਾਈਵੇ ਵਰਗੇ ਸੜਕਾਂ 'ਤੇ, ਤਾਂ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ। ਸਿਆਣੇ ਕਹਿੰਦੇ ਆ ਕਿ ਜਿਹੜੀ ਦੇਰ ਭਲੀ ਚੰਗੀ ਹੈ, ਤਾਂ ਇਸ ਹਾਦਸੇ ਨਾਲੋਂ ਤਾਂ ਬੇਸ਼ੱਕ ਕਿਸੇ ਆਪਣੀ ਜਗ੍ਹਾ 'ਤੇ ਜਿੱਥੇ ਤੁਸੀਂ ਪਹੁੰਚਣਾ ਹੈ 5 ਮਿੰਟ ਲੇਟ ਹੋ ਜਾਓ, ਪਰ ਇਹ ਧਿਆਨ ਜ਼ਰੂਰ ਰੱਖੋ ਕਿ ਧੁੰਦ ਬਹੁਤ ਜ਼ਿਆਦਾ। ਤਾਂ ਇਹ ਹੁਣ ਜੋ ਹਾਲਾਤ ਨੇ, ਬਿਲਕੁਲ ਲਾਈਵ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ। ਟਰੈਕਟਰ ਵੀ ਸ਼ਿਕਾਰ ਹੋਇਆ, ਟਰੱਕਾਂ ਦੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਟਰੱਕ ਵੀ ਇਸ ਹਾਦਸੇ ਦਾ ਸ਼ਿਕਾਰ ਹੋਏ ਹੈ। ਔਰ ਹੁਣ ਗੱਡੀਆਂ ਜਿਹੜੀਆਂ ਨੇ ਇੱਕ ਦੂਜੇ ਦੇ ਵਿੱਚ ਵੱਜੀਆਂ ਨੇ, ਤਾਂ ਟੋਟਲੀ ਕਈ ਗੱਡੀਆਂ ਦੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਉਹ ਤਾਂ ਉਹਨਾਂ ਦੇ ਤਾਂ ਪਰਖੱਚੇ ਹੀ ਉੱਡ ਚੁੱਕੇ ਨੇ, ਟੋਟਲੀ ਤਬਾਹ ਹੋ ਗਏ ਨੇ। ਬੁਨਟ ਦੀ ਅਸੀਂ ਜੇਕਰ ਗੱਲ ਕਰ ਲਈਏ, ਸ਼ੀਸ਼ਿਆਂ ਦੀ ਗੱਲ ਕਰ ਲਈਏ, ਹਾਲਾਂਕਿ ਬਾਕੀ ਜਿਹੜੇ ਰਾਹਗੀਰ ਸੀ ਉਹਨਾਂ ਦੇ ਵੱਲੋਂ ਜਿਹੜੀਆਂ ਸਵਾਰੀਆਂ ਸੀਗੀਆਂ ਇਹਨਾਂ ਗੱਡੀਆਂ ਦੇ ਵਿੱਚ ਮੌਜੂਦ, ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ। ਔਰ ਸਭ ਤੋਂ ਖੁਸ਼ਕਿਸਮਤੀ ਵਾਲੀ ਗੱਲ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਮਾਲੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ, ਕਿਉਂਕਿ ਗੱਡੀਆਂ ਨੇ, ਟਰੱਕ ਹੈ, ਸਕੂਲ ਵੈਨ ਸੀਗੀ, ਔਰ ਉਹਨਾਂ ਦਾ ਮਾਲੀ ਨੁਕਸਾਨ ਬਹੁਤ ਹੋਇਆ, ਕਿਉਂਕਿ ਸਾਰੀਆਂ ਜਿਹੜੀ ਸ਼ੋਅ ਹੈ ਗੱਡੀ ਦੀ ਉਹ ਵੀ ਤਬਾਹ ਹੋ ਚੁੱਕੀ ਹੈ। ਤਾਂ ਇਹ ਨੁਕਸਾਨ ਬਹੁਤ ਵੱਡੇ ਹੁੰਦੇ ਆ, ਤਾਂ ਧੁੰਦ ਦੇ ਕਾਰਨ ਹੀ ਇਹ ਵੱਡਾ ਹਾਦਸਾ ਵਾਪਰਿਆ। ਤਾਂ ਇਹਦੇ ਏੜ ਗੇੜ ਹੀ ਪਹਿਲਾਂ ਕੁਝ ਦਿਨ ਪਹਿਲਾਂ ਹੀ ਉਦੋਂ ਵੀ ਅਜਿਹਾ ਹਾਦਸਾ ਵਾਪਰਿਆ ਸੀ। ਉਸ ਹਾਦਸੇ ਦੇ ਵਿੱਚ ਵੀ ਲਗਭਗ 100 ਦੇ ਕਰੀਬ ਕਿਹਾ ਜਾਂਦਾ ਸੀ ਕਿ ਗੱਡੀਆਂ ਵੱਜੀਆਂ ਨੇ, ਤਾਂ ਉਦੋਂ ਵੀ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ। ਤਾਂ ਹੁਣ ਫਿਰ ਇੱਕ ਵਾਰੀ ਧੁੰਦ ਦਾ ਕਹਿਰ ਜਿੱਥੇ ਦੇਖਣ ਨੂੰ ਮਿਲਿਆ, ਤਾਂ ਧੁੰਦ ਦੇ ਕਹਿਰ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਤਾਂ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਹੁਣ ਜੇ ਤੁਸੀਂ ਸਵੇਰ ਦੇ ਸਮੇਂ, ਖਾਸ ਕਰਕੇ ਗੱਲ ਕਰੀਏ, ਸਵੇਰ ਦੇ ਸਮੇਂ ਸਫ਼ਰ ਤੈਅ ਕਰਦੇ ਹੋ, ਟਰੈਵਲ ਕਰਦੇ ਹੋ, ਮੰਨਦੇ ਹਾਂ ਕਿ ਬਹੁਤ ਸਾਰੇ ਲੋਕ ਸਵੇਰ ਦੀ ਤਰ੍ਹਾਂ ਆਪਣੇ ਕੰਮਾਂ ਕਾਰਾਂ 'ਤੇ ਲੋਕਾਂ ਨੇ ਜਾਣਾ ਹੁੰਦਾ ਹੈ, ਕਿਸੇ ਦੀ ਕੋਈ ਅਪੁਆਇੰਟਮੈਂਟ ਹੁੰਦੀ ਹੈ, ਕਿਸੇ ਨੇ ਕੋਈ ਬਿਜ਼ਨਸ ਮੀਟਿੰਗ 'ਤੇ ਪਹੁੰਚਣਾ ਹੈ, ਅਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਾਂਗੂ ਕਿਸੇ ਨੇ ਆਪਣੇ ਕੰਮ 'ਤੇ ਜਾਣਾ ਹੈ। ਹਰੇਕ ਨੂੰ ਕਾਹਲੀ ਹੁੰਦੀ ਹੈ, ਪਰ ਜੇਕਰ ਕਾਹਲੀ ਕਰਦੇ ਹੋ ਤਾਂ ਉਹਦੇ ਅੱਗੇ ਆ ਫਿਰ ਟੋਏ ਤਾਂ ਹੈ ਹੀ ਹੈ। ਤਾਂ ਇਹ ਹੁਣ ਧੁੰਦ ਜਿੱਥੇ ਆਈ ਹੈ, ਵਿਜੀਬਿਲਿਟੀ ਘੱਟ ਹੁੰਦੀ ਹੈ, ਤਾਂ ਹੌਲੀ ਜਿਹੜੀ ਰਫ਼ਤਾਰ ਹੈ ਉਹਦੀ ਤੁਸੀਂ ਹੌਲੀ ਰੱਖੋ, ਗਤੀ ਜਿਹੜੀ ਆ ਹੌਲੀ ਰੱਖੋ, ਤਾਂ ਕਿ ਅਜਿਹੇ ਹਾਦਸੇ ਦਾ ਸ਼ਿਕਾਰ ਤੁਸੀਂ ਨਾ ਬਣੋ। ਤਾਂ 25 ਤੋਂ 30 ਗੱਡੀਆਂ ਖੰਨਾ ਨੈਸ਼ਨਲ ਹਾਈਵੇ 'ਤੇ ਵੱਜੀਆਂ ਨੇ। ਤਾਂ ਹੁਣ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿਸ ਸਕੂਲ ਬੱਸ ਦੇ ਵਿੱਚ ਬੱਚੇ ਸੀ, ਉਹ ਬੱਚਿਆਂ ਨੂੰ ਵੀ ਕੱਢਿਆ ਗਿਆ ਲੋਕਾਂ ਦੇ ਵੱਲੋਂ, ਉਹਨਾਂ ਬੱਚਿਆਂ ਨੂੰ ਵੀ ਬੱਸ ਦੇ ਵਿੱਚੋਂ ਉਤਾਰਿਆ ਗਿਆ, ਔਰ ਬਾਅਦ ਦੇ ਵਿੱਚ ਟਰੈਕਟਰ ਦੇ ਨਾਲ ਬੱਸ ਹੋ ਗਈ, ਬੱਸ ਨੂੰ ਵੀ ਸਾਈਡ 'ਤੇ ਕੀਤਾ ਗਿਆ, ਟਰੱਕ ਨੂੰ ਵੀ ਸਾਈਡ 'ਤੇ ਕੀਤਾ ਗਿਆ, ਔਰ ਕਾਰਾਂ ਨੂੰ ਤਾਂ ਅਜੇ ਵੀ ਸਾਈਡ 'ਤੇ ਕੀਤਾ ਜਾ ਰਿਹਾ। ਦੇਖ ਸਕਦੇ ਹੋ ਤੁਸੀਂ, ਇੰਜਣ ਜਿਹੜੇ ਆ ਕਈ ਗੱਡੀਆਂ ਦੇ, ਇੰਜਣ ਵੀ ਪੂਰੇ ਟੋਟਲੀ ਤਬਾਹ ਹੋ ਚੁੱਕੇ ਆ। ਬੁਨਟ ਤਾਂ ਟੁੱਟਾ ਹੀ ਟੁੱਟਾ ਹੈ, ਸ਼ੀਸ਼ੇ ਵੀ ਟੁੱਟੇ ਆ, ਤਾਂ ਇੰਜਣ ਵੀ ਖਤਮ ਹੋ ਚੁੱਕੇ ਆ। ਤਾਂ ਇਹ ਤਸਵੀਰਾਂ ਦੇਖ ਸਕਦੇ ਹੋ, ਹੁਣ ਇਸ ਨੈਸ਼ਨਲ ਹਾਈਵੇ 'ਤੇ ਕਿਹਾ ਜਾ ਰਿਹਾ ਕਿ
काफ़ी जाम लगा होया क्योंकि जदों यकदम ही 25 से 30 गड्डिया आपस दे विच टकराइया जाण तां हाईवे ते बहुत लम्मा जाम लग जांदा है। सो उसनू भी क्लीयर करन दे वास्ते पुलिस इत्थे मौके ते पहुंची हुई है। पुलिस दे वल्लों ट्रैक्टर ते जेसीबीआं वगैरह मंगाईआं गईआं ने जिन्हां वाहनां दी आपसी टक्कर हुई आ उहनां नू साइड ते कीता जा रिहा तां जो ट्रैफिक जिहड़ी है बाकी आवाजाई जिहड़ी है उह ना प्रभावित होवे। ਤਾਂ ਕੁਝ ਨੂੰ ਸਾਈਡ 'ਤੇ ਇੱਥੇ ਕਰ ਦਿੱਤਾ ਗਿਆ, ਫਿਲਹਾਲ ਆਵਾਜਾਈ ਨੂੰ ਤੋੜਿਆ ਗਿਆ ਪਰ ਅਜੇ ਵੀ ਪ੍ਰਭਾਵਿਤ ਹੈ ਕਿਉਂਕਿ ਬਹੁਤ ਲੰਮੀਆਂ ਮਗਰ ਲਾਈਨਾਂ ਜਿਹੜੀਆਂ ਉਹ ਲੱਗ ਚੁੱਕੀਆਂ ਸੀਗੀਆਂ ਜਦੋਂ ਸੜਕ 'ਤੇ ਨੈਸ਼ਨਲ ਹਾਈਵੇ 'ਤੇ ਖਾਸ ਕਰਕੇ ਅਜਿਹਾ ਹਾਦਸਾ ਵਾਪਰਦਾ ਹੈ ਤਾਂ ਅਜਿਹੀਆਂ ਦਿੱਕਤਾਂ ਦਾ ਕੋਈ ਹੋਰ ਗੱਡੀ ਨਾ ਮਗਰੋਂ ਵੱਜ ਜਾਵੇ ਕਿਉਂਕਿ ਬਹੁਤ ਸਾਰੇ ਤਾਂ ਐਕਸੀਡੈਂਟ ਅਜਿਹੇ ਵੀ ਹੁੰਦੇ ਆ ਕਿ ਅੱਗੇ ਜਦੋਂ ਐਕਸੀਡੈਂਟ ਹੁੰਦਾ ਤਾਂ ਵਿਜ਼ੀਬਿਲਟੀ ਦੇ ਕਾਰਨ ਉਹ ਅਗਲਾ ਐਕਸੀਡੈਂਟ ਨਹੀਂ ਦੇਖਦਾ ਤਾਂ ਮਗਰ ਵਾਲਾ ਵੀ ਲਿਆ ਕੇ ਸਿੱਧਾ ਉਹਦੇ ਵਿੱਚ ਠੋਕ ਦਿੰਦਾ, ਉਹ ਫਿਰ 1 ਵੱਜਦੀ ਹੈ। ਸੋ ਇਸੇ ਤਰੀਕੇ ਦੇ ਨਾਲ ਦੂਜੇ ਨੂੰ ਪਤਾ ਨਹੀਂ ਲੱਗਦਾ, ਉਹ ਵੀ ਲਿਆ ਕੇ ਵਿੱਚ ਮਾਰ ਦਿੰਦਾ, ਫਿਰ ਤੀਜੇ ਨੂੰ ਪਤਾ ਨਹੀਂ ਲੱਗਦਾ। ਸੋ ਇਸੇ ਤਰੀਕੇ ਦੇ ਨਾਲ ਇਹ 25 ਤੋਂ 30 ਗੱਡੀਆਂ ਜਿਹੜੀਆਂ ਨੇ ਉਹ ਆਪਸੀ ਟਕਰਾਈਆਂ ਨੇ ਕਿਉਂਕਿ ਜਦੋਂ ਇੱਕ ਹਾਦਸਾ ਵਾਪਰ ਜਾਂਦਾ ਫਿਰ ਧੁੰਦ ਦੇ ਵਿੱਚ ਪਿਛਲੇ ਨੂੰ ਵੀ ਧਿਆਨ ਨਹੀਂ ਰਹਿੰਦਾ ਕਿ ਅੱਗੇ ਹਾਦਸਾ ਵਾਪਰਿਆ, ਤਾਂ ਉਹ ਵਿਜ਼ੀਬਿਲਟੀ ਘੱਟ ਕਰਨ ਉਹ ਵੀ ਲਿਆ ਕੇ ਵਿੱਚ ਹੀ ਮਾਰਦਾ। ਸੋ ਇੰਜ ਕਰਦੇ ਹੋਏ 25 ਤੋਂ 30 ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਵੱਡਾ ਵੱਡਾ ਹਾਦਸਾ ਵਾਪਰਿਆ, ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ। ਵਿਕਾਸ ਨਾਮ ਹੈ ਜੀ। ਵਿਕਾਸ ਜੀ ਕਿਵੇਂ ਕੀ ਹੋਇਆ ਇੱਥੇ ਜੀ? ਜੀ ਮੈਂ ਆਪਣੇ ਸਾਈਡ ਤੋਂ ਚਲਾ ਹੋਇਆ ਸੀ, ਟਰੱਕ ਵਾਲੇ ਨੇ ਪਿੱਛੇ ਸੇ ਠੋਕ ਦੀ। ਕਿੰਨੀ ਕੁ ਧੁੰਦ ਪਈ ਇੱਥੇ? ਧੁੰਦ ਜ਼ਿਆਦਾ ਥੀ ਜੀ। ਅੱਛਾ ਜੀ। ਤਾਂ ਗੱਡੀ ਹਮਾਰੀ 40 ਕੀ ਸਪੀਡ ਪੇ ਥੀ ਔਰ ਟਰੱਕ ਵਾਲਾ ਬਹੁਤ ਸਪੀਡ ਪੇ ਥਾ। ਅੱਛਾ ਜੀ। ਉਸਨੇ ਇੱਕਦਮ ਸੇ ਗਾੜੀ ਕੇ ਅੰਦਰ ਠੋਕ ਕੇ ਗਾੜੀ ਨੂੰ ਜੈਸੇ ਠੁਕੀ ਉਹ ਲੈ ਕੇ ਭੱਗ ਗਿਆ ਹੈ, ਜਿਸਸੇ ਹਮਾਰਾ ਕਾਫੀ ਨੁਕਸਾਨ ਹੁਆ ਹੈ। ਪਿੱਛੇ ਵੀ ਕਿੰਨੀਆਂ ਗੱਡੀਆਂ ਲੱਗੀਆਂ ਗਈਆਂ? ਪਿੱਛੇ ਕਮ ਸੇ ਕਮ 20-30 ਗਾੜੀਆਂ ਲੱਗੀ ਹੈ। ਅੱਛਾ ਜੀ। ਹਾਂਜੀ। ਇੱਕ ਸਕੂਲ ਬੱਸ ਵੀ ਸੀਗੇ ਜੇ ਬੱਚੇ ਟੂਰਿਸਟ ਆ? ਹਾਂਜੀ ਹਾਂਜੀ। ਬੱਸ ਟੂਰਿਸਟ ਵਾਲੀ ਸੀ? ਹਾਂਜੀ ਬੱਸ ਟੂਰਿਸਟ ਵਾਲੀ ਸੀ। ਬੱਚੇ ਕਾ ਕੌਣ ਬੱਚਿਆ ਥੇ ਉਸਮੇ? ਉਸਮ ਬੱਚੇ ਥੇ ਜੀ। ਬਚਾ ਹੋ ਗਿਆ ਉਨਕਾ ਤੋ? ਹਾਂ ਉਨਕਾ ਹੀ ਬਚਾ ਹੋ ਗਿਆ। ਕਿ ਸ਼ਾਹਪੁਰ ਤੋਂ ਗਵਾਲੀਅਰ ਜਾ ਰਹੇ ਸੀਗੇ, ਕੀ ਹੋਇਆ ਜੀ ਇੱਥੇ? ਆ ਧੁੰਦ ਦੇ ਕਾਰਨ ਬੜੇ ਹਾਦਸੇ ਹੋਏ, ਵਿੱਚ ਸਕੂਲ ਬੱਸ ਸੀਗੀ, ਟੂਰਿਸਟ ਬੱਸ ਸੀਗੀ। ਚਲੋ ਬੱਚਿਆਂ ਦਾ ਬਚਾਅ ਹੋ ਗਿਆ, 24-25 ਬੱਸਾਂ ਪਿੱਛੇ ਕੋਈ ਗੱਡੀਆਂ ਕਾਰਾਂ ਬਹੁਤ ਜ਼ਿਆਦਾ ਠੁਕੀਆਂ। ਸਾਡੀ ਅੱਗੇ ਟਰਾਲੀ ਵਾਲੇ ਨੇ ਗੱਡੀ ਐਵੇਂ ਕਰ ਦਿੱਤੀ ਬੈਕ ਕਰਕੇ ਤੇ ਉਹਦੇ ਅੱਗੇ ਸਾਡੀ ਗੱਡੀ ਲੱਗੇ, ਪਿੱਛੇ ਸਾਡਾ ਟਰੱਕ ਲੱਗ ਗਿਆ। ਟਰੱਕ ਵਾਲਾ ਚਲੋ ਭੱਜ ਗਿਆ, ਟਰਾਲੀ ਨੂੰ ਰੋਕ ਲਿਆ ਸੀ। ਉਹਨੇ ਹਾਦਸਾ ਇਹਦੇ ਕਰਕੇ ਵੀ ਹੋਇਆ, ਕੁਛ ਧੁੰਦ ਕਰਕੇ ਵੀ ਬਹੁਤ ਜ਼ਿਆਦਾ ਹੋਇਆ ਹਾਦਸਾ, ਆਪਾਂ ਮੰਨ ਸਕਦੇ ਹਾਂ। ਪਰ ਹਾਦਸੇ ਕਾਰਨ ਇੱਕ ਟਰਾਲੀ ਵਾਲਾ ਬਹੁਤ ਜ਼ਿਆਦਾ ਵਾ, ਇਹਨੇ ਗੱਡੀ ਮੋੜ ਤੇ ਮੋੜ ਦਿੱਤੀ ਆ। ਪਿੱਛੇ ਨੇ ਬਹੁਤ ਜ਼ਿਆਦਾ 25-30 ਗੱਡੀਆਂ ਨਾ, ਬਹੁਤ ਜ਼ਿਆਦਾ ਟੂਰਿਸਟ ਗੱਡੀਆਂ, ਕੁਛ ਸਕੂਲ ਬੱਸਾਂ ਨੇ। ਬੱਚਿਆਂ ਚਲੋ ਬਚਾਵ ਹੋ ਗਿਆ ਵਾ, ਉਹਨਾਂ ਨੂੰ ਭੇਜ ਦਿੱਤਾ ਵਾ ਹਸਪੀਟਲ ਵਗੈਰਾ ਚ। ਨਹੀਂ ਧੁੰਦ ਬਹੁਤ ਪਈ ਸੀ ਤੇ ਪਿੱਛੋਂ ਬੱਸ ਆਈ ਬਹੁਤ ਜ਼ਿਆਦਾ ਤੇਜ਼ ਤੇ ਉਹਨੇ ਪਿੱਛੋਂ ਟੱਕਰ ਮਾਰੀ, ਮੈਨੂੰ ਚੱਕ ਕੇ ਥੱਲੇ ਮਾਰਿਆ ਜੀ। ਬੱਸ 'ਚ ਕੀ ਕੌਣ ਸੀਗੇ ਜੀ? ਬੱਸ 'ਚ ਬੱਚੇ ਸੀ ਜੀ, ਸਕੂਲ ਵਾਲੇ? ਹਾਂਜੀ ਸਕੂਲ ਵਾਲੇ ਬੱਚੇ। ਅੱਛਾ ਜੀ। ਬੱਸ ਬਹੁਤ ਜ਼ਿਆਦਾ ਤੇਜ਼ ਆ ਰਹੀ, ਪਿੱਛੋਂ ਉਹਨੇ ਪਿੱਛੋਂ ਧੱਕਾ ਮਾਰਿਆ, ਮੈਨੂੰ ਚੱਕ ਕੇ ਫੁੱਟਪਾਥ ਤੋਂ ਥੱਲੇ ਮਾਰਿਆ ਜੀ। ਅੱਛਾ ਜੀ। ਹਾਂਜੀ। ਤੁਹਾਡੇ ਕੀ ਲੱਗਿਆ ਜੀ ਗੱਡੀ? ਸਾਡੇ ਸ਼ੀਸ਼ਾ ਲੱਗਿਆ ਸੀ 3.5-4 ਲੱਖ ਦਾ ਜੀ। ਅੱਛਾ ਜੀ। ਹਾਂਜੀ ਸਾਰਾ ਫੁੱਟ ਗਿਆ ਜੀ। ਅੱਛਾ ਜੀ। ਤੇ ਹੋਰ ਕਿੰਨੀਆਂ ਗੱਡੀਆਂ ਇੱਥੇ ਵੱਜੀਆਂ ਤੋਂ ਬਾਅਦ? ਇੱਥੇ ਗੱਡੀਆਂ ਹੋਰ ਨਹੀਂ ਵੱਜੀ, ਕੋਈ ਬਚਾਅ ਹੋਇਆ? ਬਹੁਤ ਜ਼ਿਆਦਾ ਰੌਲਾ ਪਾ ਪਾ ਕੇ ਅਸੀਂ ਬਚਾਇਆ ਗਿਆ। ਅੱਛਾ ਜੀ। ਹਾਂਜੀ। ਨਹੀਂ ਨਾਲੇ 20-25 ਗੱਡੀਆਂ ਵੀ ਲੱਗੀਆਂ ਸੀ ਇੱਥੇ, ਬੱਚਾ ਕਾਫੀ ਲੱਗਿਆ ਹੋਇਆ। ਹਾਂਜੀ ਹਾਂਜੀ ਹਾਂਜੀ। ਪਿੱਛੇ ਲੱਗੀਆਂ ਜੀ ਕਿਤੇ? ਬੱਚਾ ਗੱਡੀਆਂ ਦੀ ਗੱਡੀਆਂ ਕਾਫੀ ਲੱਗੀਆਂ। ਹਾਂਜੀ। ਨਹੀਂ ਹੁਣ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇੱਥੇ? ਸਾਡਾ ਇਹ 3-4 ਲੱਖ ਦਾ ਨੁਕਸਾਨ ਹੈ ਜੀ। ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ? ਇਹ ਜਾ ਰਹੇ ਸੀ ਜਲੰਧਰ ਤੋਂ ਖੰਨਾ ਜੀ। ਅੱਛਾ ਜੀ। ਮੰਡੀ ਗੋਬਿੰਦਗੜ੍ਹ। ਸ਼ੀਸ਼ਾ ਭਰਿਆ ਜੀ। ਹਾਂਜੀ। ਇੱਕ ਹਾਦਸਾ ਕਿਵੇਂ ਵਾਪਰਿਆ, ਕਾਰਨ ਕੀ ਰਹੇ ਨੇ ਜੀ? ਕਾਰਨ ਧੁੰਦ ਦਾ ਕਾਰਨ ਸੀ, ਉਹਨੂੰ ਦਿਸਿਆ ਨੀ ਪਿੱਛੋਂ ਤੇਜ਼ ਆ ਰਿਹਾ ਸੀ, ਉਹਨੇ ਬ੍ਰੇਕ ਮਾਰੀ, ਬ੍ਰੇਕ ਲੱਗੀ ਨੀ ਉਹਦੀ। ਤੇ ਬੱਚਿਆਂ ਦਾ ਬਚਾਅ ਹੋ ਗਿਆ ਜੀ? ਨਹੀਂ ਬੱਚੇ ਬਿਲਕੁਲ ਕੁਛ ਨਹੀਂ ਹੋਇਆ ਜੀ, ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਜੀ। ਮੇਰੀ ਗੱਡੀ ਸ਼ੀਸ਼ੇ ਦੀ ਭਰੀ ਲੋਡ ਆ ਰਹੀ ਸੀ ਜੀ, ਮਗਰੋਂ ਇੱਕ ਬੱਸ ਆ ਕੇ ਤੇਜ਼ੀ ਨਾਲ ਉਹਦੇ ਵਿੱਚ ਲੱਗੀ, ਸਾਰਾ ਸ਼ੀਸ਼ਾ ਟੁੱਟ ਗਿਆ। ਬੱਸ 'ਚ ਕੌਣ ਸੀਗਾ ਜੀ? ਬੱਸ 'ਚ ਸਵਾਰੀਆਂ ਸੀ ਜੀ। ਅੱਛਾ ਜੀ। ਹਾਂਜੀ ਹਾਂ। ਤੇ ਕਿੰਨੇ ਕੁ ਦਾ ਨੁਕਸਾਨ ਹੋਇਆ ਤੁਹਾਡਾ? ਨੁਕਸਾਨ 3-4 ਲੱਖ ਦਾ ਸ਼ੀਸ਼ਾ ਦੇ ਸਕਦਾ। ਤੇ ਗੱਡੀਆਂ ਹੋਰ ਕਿੰਨੀਆਂ ਕੁ ਵੱਜੀਆਂ ਸੀ? ਗੱਡੀਆਂ ਪਿੱਛੋਂ ਕਾਫੀ ਲੱਗੀਆਂ ਨੇ, ਪਿੱਛੇ ਵੀ ਖੜੀਆਂ ਨੇ ਕਾਫੀ ਗੱਡੀਆਂ। ਕਿੰਨੀਆਂ ਗੱਡੀਆਂ ਸੀਗੀਆਂ ਗਿਣਤੀ ਦੇ ਤੌਰ ਤੇ? ਇਹਦਾ ਇੱਥੇ ਜਾਮ ਲੱਗਿਆ ਹੋਇਆ ਸੀ, ਜਦ ਤੁਸੀਂ ਆਇਆ ਜਦ ਤਾਂ ਜਾਮ ਲੱਗਿਆ ਸੀ, ਕਾਫੀ ਗੱਡੀਆਂ ਲੱਗੀਆਂ। ਸਰ ਸਵੇਰੇ ਧੁੰਦ ਬਹੁਤ ਸੀ, ਧੁੰਦ ਦੇ ਹੋਣ ਕਾਰਨ ਦੱਸਣ ਦੇ ਮੁਤਾਬਕ ਇੱਥੇ ਜੀ ਸ਼ੀਸ਼ ਵਾਲੀ ਗੱਡੀ ਆ ਰਹੀ ਸੀ, ਉਹਦੇ ਮਗਰ ਬੱਸ ਵੱਜੀ, ਉਹ ਗੱਡੀ ਉੱਤਰ ਕੇ ਸਬਸ ਰੋਡ 'ਤੇ ਚਲੀ ਗਈ, ਉਹਦੇ ਮਗਰ ਗੱਡੀਆਂ ਵੱਜੀਆਂ, 20 ਦਾ ਗੇੜ ਗੱਡੀਆਂ ਵੱਜੀਆਂ ਜੀ। ਤੇ ਇੱਕ ਟੂਰਿਸਟ ਬੱਸ ਸੀ ਬੱਚਿਆਂ ਦੀ, ਸਕੂਲ ਵਾਲਿਆਂ ਦੀ, ਉਹ ਵੀ ਵਿੱਚ ਵੱਜੀ, ਪਰ ਕੋਈ ਨੁਕਸਾਨ ਨਹੀਂ ਹੋਇਆ, ਬੱਚਿਆਂ ਦੇ ਕਿਸੇ ਸੱਟ ਪੇਟ ਨਹੀਂ ਲੱਗੀ, ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਮਾਲੀ ਨੁਕਸਾਨ ਹੋਇਆ ਜੀ। ਇਹਦਾ ਮਾਲਕ ਦੱਸਦਾ ਜੀ ਮੇਰਾ ਵੀ 3-4 ਲੱਖ ਦਾ ਨੁਕਸਾਨ ਆ, ਸ਼ੀਸ਼ਾ ਟੁੱਟ ਗਿਆ।
डहरू तो पिछे वापरिया जी, डहरू के पुल तो पिछे, डहरू वाले गगड़े बचाले गगड़ मजे। हाँ जी, ट्रैफिक चालू करती सर, बाकी काम जारी है साडा।